ਸਸ਼ਕਾਲ ਜੀ, ਤੁਸੀਂ ਵੇਖ ਰਹੇ ਹੋ HMBMCVP ਚੈਨਲ। ਮੈਂ ਹਾਂ ਤੁਹਾਡੇ ਨਾਲ ਰੀਆ ਖੁਰਾਨਾ, ਤੇ ਅੱਜ ਦੇ ਸਾਡੇ ਜੋ ਮਹਿਮਾਨ ਨੇ, ਬਹੁਤ ਹੀ ਖਾਸ ਮਹਿਮਾਨ ਨੂੰ ਸੱਦਾ ਦੇਣ ਜਾ ਰਹੀ ਆ, ਜਿਨ੍ਹਾਂ ਨੇ ਕੱਲ ਹੀ ਸਿਟੀ ਦੀ ਮਿਸਿਸ ਪੰਜਾਬਨ 2023 ਦਾ ਖਿਤਾਬ ਆਪਣੇ ਨਾਮ ਕੀਤਾ। ਸਵਾਗਤ ਕਰਦੇ ਹਾਂ ਤਰਨਜੀਤ ਕੌਰ ਜੀ ਦਾ। ਸਤਿ ਸ਼੍ਰੀ ਅਕਾਲ ਮੈਮ, ਬਹੁਤ ਬਹੁਤ ਸਵਾਗਤ ਹੈ। ਮੈਮ, ਕਿਵੇਂ ਲੱਗ ਰਿਹਾ ਇੰਨਾ ਵੱਡਾ ਖਿਤਾਬ ਆਪਣੇ ਨਾਮ ਕਰਕੇ? ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ, ਕਿਉਂਕਿ ਮੇਰੇ ਤਾਂ ਉਸ ਟਾਈਮ ਜ਼ਮੀਨ 'ਤੇ ਪੈਰ ਹੀ ਨਹੀਂ ਲੱਗ ਰਹੇ ਸੀਗੇ, ਅਤੇ ਲੱਗਦਾ ਸੀ ਮੈਂ ਅਸਮਾਨਾਂ ਦੇ ਵਿੱਚ ਉੱਚੀਆਂ ਉਡਾਰੀਆਂ ਮਾਰ ਰਹੀ ਹਾਂ। ਇੱਦਾਂ ਦਾ ਪਲੈਟਫਾਰਮ ਕਦੀ ਮਿਲਿਆ ਨਹੀਂ ਸੀ, ਸ਼ੌਂਕ ਬੜਾ ਸੀ ਸ਼ੁਰੂ ਤੋਂ, ਅਤੇ ਇਹ ਪਲੈਟਫਾਰਮ ਜਦੋਂ ਮਿਲਿਆ ਹੰਸਰਾਜ ਮਹਿਲਾ ਮਹਾਂਵਿਦਿਆਲਾ ਵਿੱਚ ਆ ਕੇ, ਤਾਂ ਸੋਚਦੀ ਪਈ ਸੀ ਮੈਂ ਪਹਿਲਾਂ ਕਿਉਂ ਨਹੀਂ ਇਸ HMV ਦੇ ਵਿੱਚ ਆ ਗਈ। ਜੀ ਬਿਲਕੁਲ, ਇਹ ਅਕਸਰ ਅਸੀਂ ਮਿਸ ਪੰਜਾਬਨ ਦਾ ਸੁਣਦੇ ਹਾਂ, ਪਰ ਰੇਡੀਓ ਸਿਟੀ ਨੇ ਮਿਸਿਸ ਨੂੰ ਵੀ ਇਸ ਵਾਰੀ ਮੌਕਾ ਦਿੱਤਾ, ਮਦਰਸ ਨੂੰ ਮੌਕਾ ਦਿੱਤਾ, ਸੋ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਹ ਮੈਂ ਰੇਡੀਓ ਸਿਟੀ ਦੀ ਵੀ ਦਾਤ ਦੇਣਾ ਚਾਹਾਂਗੀ ਕਿ ਉਹਨਾਂ ਨੇ ਮਿਸਿਸ ਪੰਜਾਬਨ ਨੂੰ ਵੀ ਇੱਕ ਰੱਖਿਆ ਉਹਨਾਂ ਨੇ ਵਿੱਚ ਕੈਟੇਗਰੀ, ਅਤੇ ਜੋ ਮਤਲਬ ਮਿਸਿਸ ਨੇਗੀਆਂ, ਕਈ ਵਾਰ ਕੀ ਹੁੰਦਾ ਗੁਣ ਬਹੁਤ ਸਾਰਿਆਂ ਦੇ ਵਿੱਚ ਹੁੰਦੇ ਨੇਗੇ, ਕਈ ਵਾਰ ਉਹ ਲੁਕੋ ਕੇ ਰੱਖ ਲੈਂਦੇ ਆ ਕਿਉਂਕਿ ਉਹਨਾਂ ਦੇ ਰੁਝੇਵੇਂ ਬਹੁਤ ਹੁੰਦੇ ਨੇ, ਬਹੁਤ ਸਾਰੇ ਕੰਮਕਾਰ ਹੁੰਦੇ ਨੇ ਮਿਸਿਸ ਦੇ ਵਿੱਚ, ਮਦਰਸ ਵੀ ਹੁੰਦੀਆਂ ਨੇਗੀਆਂ ਅਤੇ ਵਰਕਿੰਗ ਵੀ ਹੁੰਦੀਆਂ ਨੇਗੀਆਂ, ਅਤੇ ਉਹਨਾਂ ਜਦੋਂ ਆਪਣਾ ਗੁਣ ਨਹੀਂ ਪੇਸ਼ ਕਰ ਸਕਦੀਆਂ ਕਿਤੇ, ਅਤੇ ਉਹਨਾਂ ਦਾ ਗੁਣ ਲੁਕਿਆ ਰਹਿ ਜਾਂਦਾ, ਅਤੇ ਇਸ ਲਈ ਇਹ ਰੇਡੀਓ ਸਿਟੀ ਨੇ ਜਦੋਂ ਇਹ ਮੌਕਾ ਦਿੱਤਾ ਅਤੇ ਜੋ ਮਿਸਿਸ ਲਈ ਕੈਟੇਗਰੀ ਲਈ ਆਈਆਂ, ਅਤੇ ਉਹਨਾਂ ਦੇ ਦੇਖੋ ਉਹਨਾਂ ਦੇ ਕਿੰਨਿਆਂ ਦਾ ਟੈਲੈਂਟ ਛੁਪਿਆ ਹੋਇਆ ਸੀ ਕਿ ਸਾਨੂੰ ਉਹਨਾਂ ਤੋਂ ਵੀ ਸਿੱਖਣ ਨੂੰ ਮੌਕਾ ਮਿਲਦਾ, ਇੱਕ ਦੂਜੇ ਤੋਂ ਹੀ ਅਸੀਂ ਸਿੱਖਦੇ ਹਾਂ, ਅਤੇ ਇਹ ਉਹਨਾਂ ਨੇ ਬਹੁਤ ਵਧੀਆ ਕੀਤਾ। ਜੀ ਬਿਲਕੁਲ, ਅਤੇ ਮੈਮ ਤੁਸੀਂ ਪਹਿਲੇ ਕਦੇ ਇਹੋ ਜਿਹਾ ਕਿਤਾਬ ਕੁਛ ਇਹੋ ਜਿਹਾ ਜਿੱਤਿਆ ਆਪਣੇ ਬਚਪਨ ਦੇ ਵਿੱਚ? ਮੈਂ ਉੱਦਾਂ ਸਕੂਲ ਦੇ ਵਿੱਚ ਜਾਂ ਕਾਲਜ ਲੈਵਲ 'ਤੇ ਪਰਫੋਰਮੈਂਸਿਸ ਕੀਤੀਆਂ ਨੇਗੀਆਂ, ਪਰ ਜਿੱਦਾਂ ਮੰਨ ਲਓ ਇਹ ਇੱਕ ਕੰਟੈਸਟ ਪਲੈਟਫਾਰਮ ਜੇ ਮੈਂ ਕਹਾਂ, ਤਾਂ ਇਹ ਨਹੀਂ ਸੀ ਮੈਨੂੰ ਕਦੀ ਮਿਲਿਆ ਉਹ ਪਲੈਟਫਾਰਮ। ਮੈਨੂੰ ਮੈਂ ਬਹੁਤ ਖੁਸ਼ ਹਾਂ ਕਿ ਮੈਨੂੰ ਹੰਸਰਾਜ ਮਹਿਲਾ ਮਹਾਂਵਿਦਿਆਲਾ ਵਿੱਚ ਆ ਕੇ ਇਹ ਇੱਕ ਪਲੈਟਫਾਰਮ ਮਿਲਿਆ ਅਤੇ ਮੈਂ ਆਪਣਾ ਪਰਫੋਰਮ ਕੀਤਾ। ਜੀ ਬਿਲਕੁਲ, ਅਤੇ ਮੈਮ ਤੁਸੀਂ ਆਪਣੀ ਇਸ ਕਾਮਯਾਬੀ ਦਾ ਸ਼੍ਰੇਅ ਕਿਹਨੂੰ ਦੇਣਾ ਚਾਹੋਗੇ? ਮੈਂ ਇਸ ਕਾਮਯਾਬੀ ਦਾ ਸ਼੍ਰੇਅ ਮੈਂ ਆਪਣੇ ਸਭ ਤੋਂ ਪਹਿਲਾਂ ਰੱਬ ਨੂੰ ਦੇਣਾ ਚਾਹਾਂਗੀ, ਜਿਹਨੇ ਮੈਨੂੰ ਪੰਜਾਬਣ ਦਾ ਰੂਪ ਦੇ ਕੇ ਜਾਮਾ ਦਿੱਤਾ, ਰੱਬ ਵਰਗੇ ਮਾਪਿਆਂ ਨੂੰ ਦੇਣਾ ਚਾਹਾਂਗੀ, ਭੈਣ ਭਰਾਵਾਂ ਨੂੰ, ਭਾਬੀਆਂ ਨੂੰ, ਜਿਨ੍ਹਾਂ ਨੇ ਮੈਨੂੰ ਪੰਜਾਬੀ ਸੱਭਿਆਚਾਰ ਨਾਲ ਜੋੜ ਕੇ ਰੱਖਿਆ ਤਾਂ ਕਿ ਮੈਨੂੰ ਇਹ ਜਾਣਕਾਰੀ ਰਹੀ ਸਾਰੀ, ਅਤੇ ਬਾਕੀ ਚਲੋ ਗੁਣ ਵੀ ਸੀ ਮੇਰੇ ਅੰਦਰ, ਸ਼ੁਰੂ ਤੋਂ ਨੱਚਣ ਟੱਪਣ ਦਾ ਸ਼ੌਂਕ ਸੀ, ਕਦੇ ਘਰਦਿਆਂ ਨੇ ਨਹੀਂ ਰੋਕਿਆ, ਵਿਆਹ ਤੋਂ ਬਾਅਦ ਘਰ ਵਾਲੇ ਨੇ ਨਹੀਂ ਰੋਕਿਆ, ਮੇਰੇ ਖੰਭ ਸਾਰੀ ਜਗ੍ਹਾ ਲੱਗੇ ਰਹੇ, ਅਤੇ ਬਸ ਮੈਂ ਉੱਡਦੀ ਪਈ ਹਾਂ ਅਤੇ ਉਡਾਰੀਆਂ ਮਾਰਨਾ ਚਾਹੁੰਦੀ ਹਾਂ। ਜੀ ਬਿਲਕੁਲ, ਅਤੇ ਮੈਮ ਮਿਸਿਸ ਪੰਜਾਬਨ 2023 ਦਾ ਖਿਤਾਬ ਤੁਸੀਂ ਜਿੱਤੇ ਆਏ, ਅਤੇ ਇਹਨੂੰ ਅੱਗੇ ਕਿਵੇਂ ਲੈ ਕੇ ਜਾਣਾ ਚਾਹੋਗੇ ਹੁਣ? ਮੈਂ ਦੇਖੋ ਜਿਹੜਾ ਹੁਣ ਵੀ ਕੰਟੈਸਟ ਹੋਇਆ ਸੀ, ਇਹੀ ਮਤਲਬ ਸੋਚ ਕੇ ਗਈ ਸੀਗੀ ਕਿ ਮੈਂ ਆਪਣੇ ਸ਼ੌਂਕ ਪੂਰੇ ਕਰਨੇ ਨੇ, ਅਤੇ ਉਹ ਸ਼ੌਂਕ ਸੀਗਾ ਇੱਕ ਬੈਸਟ ਦੇਣ ਦਾ, ਅਤੇ ਮੇਰੀ ਮਾਂ ਨੇ ਵੀ ਮੈਨੂੰ ਇਹੀ ਕਿਹਾ ਸੀਗਾ ਕਿ ਤੂੰ ਆਪਣਾ ਬੈਸਟ ਤੋਂ ਬੈਸਟ ਦੇਣਾ, ਜਿੱਤਣ ਦਾ ਨਹੀਂ ਦਿਲ 'ਚ ਰੱਖਣਾ ਹੈਗਾ, ਵੀ ਜਿੱਤ ਕੇ ਹੀ ਆਉਣਾ, ਕੁਛ ਨਾ ਕੁਛ ਸਿੱਖਣ ਨੂੰ ਜ਼ਰੂਰ ਮਿਲਦਾ ਸਾਨੂੰ ਹਰ ਜਗ੍ਹਾ ਤੋਂ, ਅਤੇ ਪਰ ਹਾਂ ਜਦੋਂ ਇੱਕ ਕਹਿੰਦੇ ਨਾ ਜਦੋਂ ਜਿਹੜੀ ਜਿੱਤ ਹੁੰਦੀ ਹੈ ਸਾਡਾ, ਜਦੋਂ ਨਾਮ ਬੋਲਿਆ ਗਿਆ ਅਤੇ ਸਾਡੇ ਘਰਦਿਆਂ ਦਾ ਨਾਮ ਰੋਸ਼ਨ ਹੁੰਦਾ ਨਾਲ ਪਹਿਲਾਂ, ਅਤੇ ਮੇਰੇ ਪਰਿਵਾਰ ਦਾ ਨਾਮ ਰੋਸ਼ਨ ਹੋਇਆ, ਅਤੇ ਇਸ ਅਗਰ ਇੱਦਾਂ ਦਾ ਮੈਨੂੰ ਕੋਈ ਮੌਕਾ ਮਿਲਦਾ, ਮੌਕਾ ਨਹੀਂ ਮੈਂ ਛੱਡਾਂਗੀ, ਪਰਫੋਰਮ ਜ਼ਰੂਰ ਕਰਾਂਗੀ ਅਤੇ ਅੱਗੇ ਆਪਣਾ ਬੈਸਟ ਦੇਵਾਂਗੀ। ਸੋ ਮੈਮ ਤੁਸੀਂ ਜਿੱਦਾਂ ਹੰਸਰਾਜ ਮਹਿਲਾ ਮਹਾਂਵਿਦਿਆਲਾ ਦੇ ਇੱਕ ਅਟੁੱਟ ਹਿੱਸਾ ਹੋ, ਅਤੇ HMV ਦੇ ਵਿਦਿਆਰਥਣਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਮੈਂ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਨਾ ਚਾਹਾਂਗੀ ਆਪਣੇ ਮਾਣਯੋਗ ਪ੍ਰਿੰਸੀਪਲ ਡਾਕਟਰ ਮਿਸਿਸ ਅਜੇ ਸਰੀਨ ਜੀ ਦਾ, ਕਿ ਉਹਨਾਂ ਨੇ ਹੀ ਸਾਡੇ ਪੰਜਾਬੀ ਸੱਭਿਆਚਾਰ ਨੂੰ ਆਪਣੀ ਗੋਦ 'ਚ ਸੰਭਾਲ ਕੇ ਰੱਖਿਆ ਹੋਇਆ, ਕਿਵੇਂ ਕਿ ਜਦੋਂ ਸਾਡੇ ਕੋਈ ਮਹਿਮਾਨ ਆਉਂਦੇ ਨੇ ਤਾਂ ਉਹ ਫੁਲਕਾਰੀ ਦੇ ਕੇ ਨਵਾਜਦੇ ਨੇ, ਅਤੇ ਦੂਸਰਾ ਉਹਨਾਂ ਨੇ ਇੱਕ ਇਨਵਾਇਰਮੈਂਟ ਨੂੰ ਵੀ ਸੰਭਾਲ ਕੇ ਰੱਖਿਆ ਹੋਇਆ, ਪਲਾਂਟਰਸ ਦਿੰਦੇ ਨੇ ਤਾਂ ਕਿ ਸਾਡਾ ਇਨਵਾਇਰਮੈਂਟ ਵੀ ਸੰਭਲਿਆ ਰਹੇ, ਅਤੇ ਇਸ ਚੀਜ਼ ਤੋਂ ਵੀ ਵਿਦਿਆਰਥਣਾਂ ਨੂੰ ਮੈਂ ਇਹੀ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਉਹ ਆਪਣੇ ਪੰਜਾਬੀ ਸੱਭਿਆਚਾਰ ਨੂੰ, ਕਿਉਂਕਿ ਆਉਣ ਵਾਲੀ ਜਨਰੇਸ਼ਨ ਉਹੀ ਆ, ਉਹਨਾਂ ਨੇ ਹੀ ਸੰਭਾਲ ਕੇ ਰੱਖਣਾ, ਅਤੇ ਅਸੀਂ ਚਾਹੁੰਦੇ ਹਾਂ ਜੇ ਮੈਂ ਇੱਕ ਸਟਾਫ ਮੈਂਬਰ ਹੋ ਕੇ ਪਾਰਟੀਸਪੇਟ ਕੀਤਾ, ਸ਼ੌਂਕ ਸੀਗਾ ਅਤੇ ਚਲੋ ਖਿਤਾਬ ਵੀ ਜਿੱਤ ਲਿਆ, ਮੇਰੀ ਖੁਸ਼ਕਿਸਮਤੀ ਸੀ, ਅਤੇ ਇਹ ਸਾਡੀ ਆਉਣ ਵਾਲੀ ਜਨਰੇਸ਼ਨ ਹੈ, ਅਤੇ ਇਹਨਾਂ ਨੂੰ ਮਤਲਬ ਅੱਗੇ ਆਪਣੇ ਪੰਜਾਬੀ ਸੱਭਿਆਚਾਰ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ, ਦੇਖ ਦੇਖ ਕੇ, ਜਾਂ ਪ੍ਰੈਕਟੀਕਲ ਚੀਜ਼ਾਂ ਵੀ ਸਾਨੂੰ ਆਉਂਦੀਆਂ, ਜੇ ਤੁਸੀਂ ਸ਼ਹਿਰ 'ਚ ਰਹਿੰਦੇ ਹੋ ਮੰਨ ਲਓ ਕੋਈ ਚੀਜ਼ ਦਾ ਨਹੀਂ ਪਤਾ, ਪਿੰਡਾਂ 'ਚ ਜਾਇਆ ਕਰੋ, ਪਿੰਡਾਂ 'ਚ ਪ੍ਰੈਕਟੀਕਲ ਚੀਜ਼ਾਂ ਦੇਖੋ, ਉੱਥੇ ਜਦੋਂ ਤੁਸੀਂ ਪ੍ਰੈਕਟੀਕਲ ਖੁਦ ਵੀ ਕਰੋਗੇ, ਕਿ ਮਧਾਣੀ ਹੈ ਮੰਨ ਲਓ, ਸਾਨੂੰ ਪਤਾ ਮਧਾਣੀ ਰਿੜਕਣਾ ਕਹਿੰਦੇ ਨੇਗੇ, ਮਧਾਣੀ 'ਤੇ ਬੈਠ ਕੇ ਉਹਨੂੰ ਕਰਕੇ ਦੇਖੋ ਪ੍ਰੈਕਟੀਕਲ ਚੀਜ਼, ਬਹੁਤ ਮਜ਼ਾ ਆਉਂਦਾ, ਪਿੰਡਾਂ ਦੇ ਵਿੱਚ ਜਿਹੜੇ ਰਹਿੰਦੇ ਨੇ ਉਹਨਾਂ ਨੂੰ ਪੁੱਛੋ ਕਿ ਹਾਂ ਇਹ ਚੀਜ਼ ਕੀ ਹੈ, ਇਹ ਚੀਜ਼ ਕਿਸ ਤਰ੍ਹਾਂ ਹੈ, ਉਹ ਤੁਹਾਨੂੰ ਪੂਰਾ ਡਿਟੇਲ ਇਸ ਤਰ੍ਹਾਂ ਸਮਝਾਉਣਗੇ ਕਿ ਤਾਂ ਤੁਸੀਂ ਕਦੇ ਭੁੱਲ ਹੀ ਨਹੀਂ ਸਕਦੇ। ਸੋ ਇਹ ਸੀਗੀ ਸਿਟੀ ਦੀ ਮਿਸਿਸ ਪੰਜਾਬਨ 2023 ਤਰਨਜੀਤ ਕੌਰ ਜੀ। ਤੁਸੀਂ ਵੇਖਦੇ ਰਹੋ HMBMCVP ਚੈਨਲ। ਮੈਨੂੰ ਦਿਓ ਇਜਾਜ਼ਤ, ਧੰਨਵਾਦ।